ਨਿਰਾਸ਼ ਹੈ ਔਰ ਸਿੱਧਾ ਨਿਸ਼ਾਨਾ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਸਾਧਿਆ। ਮੇਰੇ ਨਾਲ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਰਾਹੁਲ ਗਾਂਧੀ ਦਾ ਸਿੱਖਾਂ ਦੇ ਹੱਕ ਦੇ ਵਿੱਚ ਬੋਲਣਾ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਬਹੁਤ ਅੱਛੀ ਗੱਲ ਹੈ ਜੀ, ਪਰ ਉਹਨਾਂ ਦੀ ਮਾਮਾ ਬੀਬੀ ਸੋਨੀਆ ਗਾਂਧੀ ਦੇ ਨਾਲ ਮੈਂ ਹੁਣੇ 3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਸੀਟ 'ਤੇ ਬੈਠ ਕੇ ਨਾਲ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦੀ ਪੋਲਿਸੀ ਹੈ ਕਿ ਸਿੱਖਾਂ ਨੂੰ ਅਸੈਸਨੇਟ ਕਰ ਰਹੇ ਹੈ, ਮਾਰ ਰਹੇ ਹੈ ਕੈਨੇਡਾ ਦੇ ਵਿੱਚ। ਅਮਰੀਕਾ 'ਚ ਸਕੀਮ ਬਣ ਗਈ ਹੈ ਜਿਹੜੀ ਫੇਲ ਹੋ ਗਈ, ਵਲੈਤ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਹੈ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ, ਰੋਡੇ ਨੂੰ ਮਾਰਤਾ ਹੈ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੈ, ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਮਾਰਤਾ ਹੈ, ਅਤੇ ਫਿਰ ਤੁਸੀਂ ਸਾਡੇ ਨਾਲ ਇਕੱਠੇ ਹੋ ਕੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਿਉਂ ਨਹੀਂ ਕੀਤੀ? ਤੋ ਠੀਕ ਹੈ, ਰਾਹੁਲ ਜੀ ਨੇ ਕੀਤੀ ਹੈ ਗੱਲ ਕਿ ਸਿੱਖ ਨਿਰਾਸ਼ ਹੈ। ਅਸੀਂ ਬਹੁਤ ਨਿਰਾਸ਼ ਹੈ ਕਿ ਸਾਡੇ ਇਲੈਕਸ਼ਨ ਹੀ ਨਹੀਂ ਹੋ ਰਹੇ ਸਾਡੀ ਪਾਰਲੀਮੈਂਟ ਦੇ, ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ ਕਾਨੂੰਨ ਦੇ ਰਾਹੀਂ। ਤਾਂ ਰਾਹੁਲ ਜੀ ਇੱਥੇ ਆ ਕੇ ਤਾਂ ਗੱਲ ਕਰਨ ਪਾਰਲੀਮੈਂਟ 'ਚ, ਪੁੱਛਣ ਕਿ ਮੋਦੀ ਜੀ ਆਪ ਕਿਉਂ ਇਹ ਪੋਲਿਸੀ ਅਪਣਾਈ ਹੈ ਕਿ ਸਿੱਖੋਂ ਕੋ ਕਤਲ ਕਰਾ ਰਹੇ ਹੈ ਬਾਹਰ ਕੇ ਮੁਲਕੋਂ ਮੇਂ, ਔਰ ਇਹ ਐਕਸੀਕਿਊਸ਼ਨ ਪੋਲਿਸੀ ਕੈਸੇ ਪੈਦਾ ਹੋਈ ਹੈ, ਆਪਕੀ ਸਿਕਿਉਰਿਟੀ ਕਮੇਟੀ ਵੀ ਇਸ ਮੇਂ ਜ਼ਿੰਮੇਵਾਰ ਹੈ, ਆਪਕੇ ਕੈਬਨਿਟ ਮਿਨਿਸਟਰ ਇਹ ਜੋ ਹੈ ਅਮਿਤ ਸ਼ਾਹ ਜੀ ਹੈ, ਰਾਜਨਾਥ ਸਿੰਘ ਜੀ ਹੈ, ਜੈ ਸ਼ੰਕਰ ਜੀ ਹੈ, ਡੋਇਲ ਸਿਕਿਉਰਿਟੀ ਐਡਵਾਈਜ਼ਰ ਹੈ, ਸਿਨਾ ਰੋ ਕਾ ਮੁਖੀ ਹੈ, ਸਾਬਕਾ ਮੁਖੀ ਗੋਇਲ ਹੈ, ਇਹ ਸਾਰੇ ਮਿਲ ਕੇ ਇੱਕ ਪਾਲਿਸੀ ਕੇ ਤਹਿਤ ਸਿੱਖੋਂ ਕੋ ਮਰਵਾ ਰਹੇ ਹੈ। ਹਮ ਰਾਹੁਲ ਜੀ ਕੋ ਬੋਲਤੇ ਹੈ ਕਿ ਤੁਸੀਂ ਸਾਨੂੰ ਮਰਵਾਓ, ਅਸੀਂ ਮਰਨ ਨੂੰ ਤਿਆਰ ਹੈ। ਮੋਦੀ ਨੂੰ ਕਹੋ ਜੇ ਤੂੰ ਸਾਨੂੰ ਮਾਰਨਾ ਹੈ ਅਸੀਂ ਦਿੱਲੀ ਆ ਜਾਂਦੇ ਹਾਂ ਤੇਰੀ ਕੋਠੀ ਅੱਗੇ, ਤੇ ਉੱਥੇ ਮਰਵਾ ਦੇ। ਕਿਉਂ ਲੱਗਦਾ ਤੁਹਾਨੂੰ ਕਿ ਸਰਕਾਰ ਸਿੱਖਾਂ ਦੇ ਖਿਲਾਫ? ਇਹ ਸ਼ੁਰੂ ਤੋਂ ਜੀ ਹਿੰਦੂ ਧਰਮ ਨੇ ਕਦੇ ਵੀ ਆਪਣੇ ਜੀਵਨ ਦੇ ਵਿੱਚ ਕਿਸੇ ਧਰਮ ਨੂੰ ਇੰਡੀਆ ਦੇ ਵਿੱਚ ਜੰਮਣ ਨਹੀਂ ਦਿੱਤਾ। ਬੁੱਧ ਧਰਮ ਬਾਹਰ ਕੱਢਤਾ, ਜੈਨੀਆਂ ਦੇ ਨਾਲ ਕੰਪਰੋਮਾਈਜ਼ ਕਰਤੀ, ਇਸਲਾਮ ਨੂੰ ਬਾਹਰ ਕੱਢਤਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ, ਅਤੇ ਹੁਣ ਸਲਾਹਾਂ ਹੋ ਰਹੀਆਂ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ। ਐਲਜੀਪੀਸੀ ਦੀਆਂ ਚੋਣਾਂ ਦਾ ਤੁਸੀਂ ਜ਼ਿਕਰ ਕੀਤਾ, ਚੋਣਾਂ ਨੂੰ ਡਿਲੇ ਕਰਨ ਦੇ ਪਿੱਛੇ ਵੀ ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਦੀ ਮੰਸ਼ਾ ਹੋਈ ਤਾਂ ਹੈ? ਕਿਉਂ ਕਰਕੇ ਜੇ ਨਵੇਂ ਸਿਰੇ ਹਾਊਸ ਦੇ ਵਿੱਚ ਫਰੈਸ਼ ਮੈਂਬਰ ਨਹੀਂ ਆਉਣਗੇ, ਪੁਰਾਣੇ ਮਰਦੇ ਜਾਣਗੇ, ਬੁੱਢੇ ਹੁੰਦੇ ਜਾਣਗੇ, ਫਿਰ ਸਾਡੀ ਗੱਲਬਾਤ ਕਿਵੇਂ ਚੱਲੂਗੀ? ਜੇ ਇੰਡੀਆ ਦੀ ਪਾਰਲੀਮੈਂਟ ਨੂੰ ਨਾ ਚੱਲਣ ਦਈਏ, ਨਾ ਹਰਾ ਕਰੀਏ 5 ਸਾਲਾਂ ਬਾਅਦ, ਤਾਂ ਜਮਹੂਰੀਅਤ ਹਿੰਦੂ ਨੂੰ ਕਿੱਥੇ ਹਾਸਲ ਹੋਊਗੀ? ਪਰ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਜਦੋਂ ਮੈਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਉਹਨਾਂ ਦੀ ਗੱਲ ਕੀਤੀ ਤਾਂ ਇੱਕ ਆਗੂ ਨੇ ਕਿਹਾ ਕਿ ਇਹ ਨੈਸ਼ਨਲ ਪਾਲਿਸੀ ਦੇ ਖਿਲਾਫ ਹੈ। ਇਹ ਨੈਸ਼ਨਲ ਪਾਲਿਸੀ ਹੈ ਇੰਡੀਆ ਦੀ ਕਿ ਜਦੋਂ ਬਲੂ ਸਟਾਰ ਹੋਇਆ ਇੰਦਰਾ ਗਾਂਧੀ ਦੇ, ਉਹ ਵੀ ਇਹ ਕਹਿੰਦੇ ਹੈ ਕਿ ਇਹ ਨੈਸ਼ਨਲ ਪਾਲਿਸੀ ਹੈ, ਇਸੇ ਕਰਕੇ ਵਾਜਪਾਈ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਨੇ ਕਿਹਾ ਸੀਗਾ 6 ਮਹੀਨੇ ਪਹਿਲੇ ਹੋਣਾ ਚਾਹੀਦਾ। ਇਸੇ ਕਰਕੇ ਡਰਦੀ ਬੀਬੀ ਸੋਨੀਆ ਗਾਂਧੀ
ਤੇ ਇਹਦੀ ਪਾਰਟੀ ਮੇਰੇ ਨਾਲ ਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਇਹ ਪਾਲਿਸੀ ਨੂੰ ਚੈਲੰਜ ਨਹੀਂ ਕੀਤਾ ਜਿਹੜੇ ਸਿੱਖਾਂ ਨੂੰ ਮਰਵਾਇਆ ਜਾ ਰਿਹਾ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਯੂਕੇ, ਪਾਕਿਸਤਾਨ, ਹਰਿਆਣਾ, ਪੰਜਾਬ ਦੇ ਵਿੱਚ। ਇਸੇ ਕਰਕੇ ਹੈ ਕਿ ਉਹ ਕਹਿੰਦੇ ਸਾਡੀ ਨੈਸ਼ਨਲ ਪਾਲਿਸੀ ਹੈ। ਆਖਰੀ ਸਵਾਲ ਮੈਂ ਫਿਰ ਰਾਹੁਲ ਗਾਂਧੀ ਦਾ ਹੀ ਸਵਾਲ ਪੁੱਛਣ ਜਾ ਰਿਹਾ, ਜੋ ਕੁਝ ਉਹਨਾਂ ਵੱਲੋਂ ਕਿਹਾ ਗਿਆ ਉਹਨਾਂ ਦੇ ਨਾਲ ਤੁਸੀਂ ਸਹਿਮਤ? ਇਹ ਤਾਂ ਠੀਕ ਹੈ, ਪਰ ਅੱਗੇ ਵੀ ਤਾਂ ਚੱਲੇ ਨਾ ਰਾਹੁਲ, ਅੱਗੇ ਵੀ ਤਾਂ ਆਏ ਨਾ, ਕਿਉਂਕਿ ਆਪੋਜੀਸ਼ਨ ਲੀਡਰ ਨੇ ਉਸ ਵੱਲੋਂ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਜਾਂਦੀ। ਉਦੋਂ ਉਹ ਵੀ ਸੀਗੇ ਪਾਰਲੀਮੈਂਟ ਦੇ ਮੈਂਬਰ ਸੀਗੇ ਤੇ ਉਦੋਂ ਆਪੋਜੀਸ਼ਨ ਦਾ ਲੀਡਰ ਸੀਗਾ ਚੌਧਰੀ ਸਾਹਿਬ ਤੇ ਬੀਬੀ ਸੋਨੀਆ ਗਾਂਧੀ ਨਾਲ ਬੈਠੀ ਸੀਗੀ। ਮੈਂ ਨਾਲ ਬੈਠ ਕੇ ਬੀਬੀ ਨੂੰ ਕਿਹਾ ਕਿ ਉੱਠੋ ਗੱਲ ਕਰੋ, ਉਹ ਤਾਂ ਕਹਿੰਦੇ ਅਸੀਂ ਕਰਦੇ ਹੈ। ਇਹ ਬਿਆਨ ਦੇ ਪਿੱਛੇ ਕੋਈ ਫਿਰ ਪੋਲੀਟੀਕਲ ਮੋਟਿਵ ਲੱਗਦਾ? ਇਹ ਨੈਸ਼ਨਲ ਪਾਲਿਸੀ ਹੈ ਹਿੰਦੁੱਤਵ ਦੀ ਕਿ ਜਿਹੜੇ ਸਿੱਖ ਮਾਰੇ ਗਏ ਹੈ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ। ਜਿਹੜਾ ਬਲੂ ਸਟਾਰ ਅਸੀਂ ਕੀਤਾ ਉਹ ਨੈਸ਼ਨਲ ਪਾਲਿਸੀ ਹੈ। ਜਿਹੜਾ ਰਾਜੀਵ ਗਾਂਧੀ ਨੇ ਨਸਲਕੋਸ਼ੀ ਕੀਤੀ ਹੈ ਇਹ ਇੰਡੀਆ ਦੀ ਕੌਮੀ ਤੇ ਨੈਸ਼ਨਲ ਪਾਲਿਸੀ ਹੈ। ਹੁਣ ਸਮਝ ਗਏ?